ਆਪ ਸਭ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਪੰਜਾਬ ਸਰਕਾਰ ਦੇ ਮੁਲਾਜ਼ਮ ਅਤੇ ਪੈਨਸ਼ਨਰਾਂ ਦੇ 5.5 ਸਾਲ ਦੇ ਏਰੀਅਰ ਨੂੰ ਲੈ ਕੇ ਪੇ ਕਮਿਸ਼ਨ ਲਾਗੂ ਹੋਣ ਤੋਂ ਬਾਅਦ 1-1 2016 ਤੋਂ 36 2021 ਤੱਕ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਏਰੀਅਰ ਦੀ ਅਦਾਇਗੀ ਜਿਹੜੀ ਹੈ ਉਹ ਨਹੀਂ ਕੀਤੀ ਗਈ ਔਰ ਇਸ ਨੂੰ ਲੈ ਕੇ ਬਹੁਤ ਸਾਰੀਆਂ ਪਟੀਸ਼ਨਾਂ ਵੀ ਜਿਹੜੀਆਂ ਨੇ ਮਾਨਜੋ ਕੋਰਟ ਦੇ ਵਿੱਚ ਪਾਈਆਂ ਗਈਆਂ ਸਨ ਮਾਨਜੋ ਕੋਰਟ ਦਾ ਫੈਸਲਾ ਵੀ ਆਇਆ ਔਰ ਇਸ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਹਦਾਇਤ ਵੀ ਕੀਤੀ ਗਈ ਸੋ ਆਓ ਇਸ ਬਾਰੇ ਡਿਟੇਲ ਦੇ ਵਿੱਚ ਜਾਣਕਾਰੀ ਲੈਂਦੇ ਆ ਅੱਜ ਦੀ ਵੀਡੀਓ ਦੇ ਵਿੱਚ ਅ ਦੋਸਤੋ ਮੈਂ ਦੱਸਦਾ ਕਿ ਇਨ੍ਹਾਂ ਫੈਸਲਿਆਂ ਤੋਂ ਬਾਅਦ ਇਨ੍ਹਾਂ ਪਟੀਸ਼ਨਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਇੱਕ ਸਪੀਕਿੰਗ ਆਰਡਰ ਵੀ ਜਾਰੀ ਕੀਤਾ ਯਾਨਕਿ ਇਸ ਫੈਸਲੇ ਨੂੰ ਲੈ ਕੇ ਮਾਨਜੋਗ ਕੋਰਟ ਅਤੇ ਪਟੀਸ਼ਨਰਾਂ ਨੂੰ ਜਵਾਬ ਵੀ ਜਿਹੜਾ ਹੈ ਦਿੱਤਾ ਗਿਆ ਸਰਕਾਰ ਵੱਲੋਂ ਏਰੀਅਰ ਦੀ ਮੰਗ ਲਗਾਤਾਰ ਮੁਲਾਜ਼ਮ ਅਤੇ ਪੈਨਸ਼ਨਰ ਕਰ ਰਹੇ ਨੇ ਔਰ ਇੱਕ ਵੱਡਾ ਮੁੱਦਾ ਵੀ ਜਿਹੜਾ ਹੈ ਪੈਨਸ਼ਨਾਂ ਤੇ ਮੁਲਾਜ਼ਮਾਂ ਦੇ ਲਈ ਬੜਿਆ ਹੋਇਆ ਔਰ ਇਸ ਨੂੰ ਲੈ ਕੇ ਲਗਭਗ ਕਿਹਾ ਜਾ ਸਕਦਾ ਹੈ ਕਿ ਬਹੁਤ ਸਾਰੇ ਪੈਨਸ਼ਨਰ ਜਿਹੜੇ ਨੇ ਜਿਨ੍ਹਾਂ ਦੀ ਉਮਰ 60 ਸਾਲ 70 ਸਾਲ 80 ਸਾਲ ਹੋ ਗਈ ਹੈ ਉਹਨਾਂ ਨੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨਾਂ ਵੀ ਫਾਈਲ ਕੀਤੀਆਂ ਕਿ ਸਾਡੀ ਉਮਰ ਜਿਹੜੀ ਹੈ ਉਹ ਬਹੁਤ ਹੋ ਗਈ ਹੈ ਤੇ ਪੰਜਾਬ ਸਰਕਾਰ ਨੇ ਸਾਨੂੰ ਪਿਛਲੇ ਲੰਬੇ ਸਮੇਂ ਤੋਂ ਏਰੀਅਰ ਦੀ ਅਦਾਇਗੀ ਜਿਹੜੀ ਹੈ ਨਹੀਂ ਕੀਤੀ ਹੈ ਇਸ ਵਿੱਚ ਡੀਏ ਦੇ ਏਰੀਅਰ ਦੀ ਵੀ ਜਿਹੜੀ ਹੈ ਮੰਗ ਕੀਤੀ ਗਈ 1-1 2016 ਤੋਂ ਪਹਿਲਾਂ ਔਰ 16 ਤੋਂ ਬਾਅਦ ਪੀਕ ਮਿਸ਼ਨ ਦੇ ਏਰੀਅਰ ਦੀ ਮੰਗ ਵੀ ਜਿਹੜੀ ਹੈ ਇਹਨਾਂ ਪਟੀਸ਼ਨਾਂ ਦੇ ਵਿੱਚ ਕੀਤੀ ਗਈ ਜੇਕਰ ਇਹਨਾਂ ਪਟੀਸ਼ਨਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਜੇਕਰ ਪਟੀਸ਼ਨਰ ਨੰਬਰ ਦੀ ਗੱਲ ਕਰੀਏ ਤਾਂ ਸੀਡਬਲਯੂਪੀ ਨੰਬਰ 20537 2023 ਦੇ ਵਿੱਚ ਬੂਟਾ ਸਿੰਘ ਵੱਲੋਂ ਫਾਈਲ ਕੀਤੀ ਗਈ ਸਟੇਟ ਆਫ ਪੰਜਾਬ ਦੇ ਵਿਰੁੱਧ ਔਰ ਉਸੇ ਤਰ੍ਹਾਂ ਹੀ ਸੀਡਬਲਯੂਪੀ 1402 2023 ਪ੍ਰੀਮ ਸਿੰਘ ਵੱਲੋਂ ਅਤੇ ਸੀਡਬਲਯੂਪੀ ਨੰਬਰ 16597 2023 ਵਿੱਚ ਸੁਖਮੰਦਰ ਸਿੰਘ ਵੱਲੋਂ ਜਿਹੜੀ ਹੈ ਫਾਈਲ ਕੀਤੀ ਗਈ ਔਰ ਇਹਨਾਂ ਪਟੀਸ਼ਨਾਂ ਦਾ ਜਿਹੜਾ ਫੈਸਲਾ ਹੈ ਇਹਨਾਂ ਜਿਹੜੀਆਂ ਪਟੀਸ਼ਨਰਸ ਨੇ ਇਹਨਾਂ ਦੇ ਜਿਹੜੇ ਪਟੀਸ਼ਨ ਫਾਈਲ ਕੀਤੀਆਂ ਗਈਆਂ ਸਨ ਉਹਨਾਂ ਦਾ ਫੈਸਲਾ ਜਿਹੜਾ ਵੀ ਨੋ 2023 ਨੂੰ ਮਾਨਜੋ ਕੋਰਟ ਵੱਲੋਂ ਦਿੱਤਾ ਗਿਆ ਔਰ ਸਰਕਾਰ ਨੂੰ 3 ਮਹੀਨੇ ਦਾ ਸਮਾਂ ਜਿਹੜਾ ਹੈ ਇਹ ਸੁਪਰ ਫੈਸਲਾ ਕਰਨ ਦੇ ਲਈ ਦਿੱਤਾ ਗਿਆ ਹਾਂ ਮੈਂ ਦੱਸਣਾ ਕਿ ਮਾਨਜੋ ਕੋਰਟ ਵੱਲੋਂ ਇਹਨਾਂ ਪਟੀਸ਼ਨਾਂ ਦਾ ਫੈਸਲਾ ਕਰਦੇ ਹੋਏ ਕੀ ਕਿਹਾ ਗਿਆ ਕੋਰਟ ਵੱਲੋਂ ਕਿਹਾ ਗਿਆ ਕਿ ਕੋਰਟ ਇਜ਼ ਇਨ ਦਾ ਥੈਟ Uh, a writ of the mandamus cannot be issued in this case to direct the respondents to take a positive decision with regard to payment of arrears of pension. But decision one way or the other can, of course, be taken by the respondents, for which the petitioners may submit a joint representation uh, to the authorities who will take the decision one way or the other within the period of three months. ਮਾਰਜੋ ਕੋਰਟ ਵੱਲੋਂ ਜਿਹੜੇ ਪਟੀਸ਼ਨਰ ਸੀ ਉਹਨਾਂ ਨੂੰ ਇੱਕ ਜੁਆਇੰਟ ਜਿਹੜੀ ਹੈ ਉਹ ਰੈਪਰੈਜ਼ੈਂਟੇਸ਼ਨ ਦੇਣ ਦੇ ਲਈ ਕਿਹਾ ਗਿਆ ਸਰਕਾਰ ਨੂੰ ਤੇ ਸਰਕਾਰ ਨੂੰ ਕਿਹਾ ਗਿਆ ਕਿ ਇਸ ਦੇ ਉੱਪਰ 3 ਮਹੀਨੇ ਦੇ ਅੰਦਰ-ਅੰਦਰ ਫੈਸਲਾ ਲਿਆ ਜਾਵੇ ਸੋ ਇਸ ਨੂੰ ਲੈ ਕੇ ਮਾਨਯੋਗ ਕੋਰਟ ਦੇ ਇਸ ਫੈਸਲੇ ਨੂੰ ਲੈ ਕੇ ਸਰਕਾਰ ਵੱਲੋਂ ਇੱਕ ਸਪੀਕਿੰਗ ਆਰਡਰ ਜਿਹੜਾ ਜਾਰੀ ਕੀਤਾ ਗਿਆ ਪੂਰੇ ਪੰਜਾਬ ਦੇ ਜਿਹੜੇ ਮੁਖੀ ਨੇ ਵੱਖ-ਵੱਖ ਵਿਭਾਗਾਂ ਦੇ ਉਹਨਾਂ ਨੂੰ ਭੇਜਿਆ ਗਿਆ ਸਖਤਰਾ ਨੂੰ ਭੇਜਿਆ ਗਿਆ ਔਰ ਇਸ ਸਪੀਕਿੰਗ ਆਰਡਰ ਬਾਰੇ ਵੀ ਜਿਹੜੀ ਗੱਲ ਕਰ ਲੈਨੇ ਆ ਇਸ ਸਪੀਕਿੰਗ ਆਰਡਰ ਦੇ ਵਿੱਚ ਜਿੱਥੇ ਸਰਕਾਰ ਨੇ ਮੰਨਿਆ ਕਿ 2014 ਦਾ ਜਿਹੜਾ ਹੈ ਕੁਝ ਬਕਾਇਆ ਹੈ ਡੀਏ ਦਾ ਉਸੇ ਤਰ੍ਹਾਂ ਹੀ ਜਿਹੜਾ ਪੇ ਕਮਿਸ਼ਨ ਹੈ ਇੱਕ ਸੱਤ 21 ਤੋਂ ਲਾਗੂ ਕੀਤਾ ਗਿਆ ਉਹਦਾ ਵੀ 5.5 ਸਾਲ ਦਾ ਜਿਹੜਾ ਏਰੀਅਰ ਹੈ ਉਹ ਬਕਾਇਆ ਹੈ ਇਹ ਜਿਹੜਾ ਹੈ ਸਰਕਾਰ ਵੱਲੋਂ ਜਿਹੜਾ ਹੈ ਮੰਨਿਆ ਗਿਆ ਔਰ ਇਸ ਨੂੰ ਲੈ ਕੇ ਔਰ ਡੀਏ ਨੂੰ ਲੈ ਕੇ ਜਿਹੜਾ ਹੈ ਪੰਜਾਬ ਸਰਕਾਰ ਵੱਲੋਂ ਕੀ ਜਵਾਬ ਦਿੱਤਾ ਗਿਆ ਉਹਨਾਂ ਵੱਲੋਂ ਦੱਸਿਆ ਗਿਆ ਕਿ ਅਸੀਂ 4% ਡੀਏ ਜਿਹੜਾ ਹੈ 34 ਤੋਂ 38% ਕੀਤਾ ਹੈ 1/12/2023 ਤੋਂ ਔਰ ਪੰਜਾਬ ਦੇ ਜਿਹੜੇ ਮੁਲਾਜ਼ਮ ਤੇ ਪੈਨਸ਼ਨਰ ਨੇ ਉਸ ਦੀ ਅਦਾਇਗੀ ਜਿਹੜੀ ਆ ਉਹਨਾਂ ਨੂੰ ਕਰ ਦਿੱਤੀ ਗਈ ਹੈ ਔਰ ਜੇਕਰ ਏਰੀਅਰ ਦੀ ਗੱਲ ਕਰੀਏ ਤਾਂ ਏਰੀਅਰ ਬਾਰੇ ਸਰਕਾਰ ਨੇ ਕਿਹਾ ਕਿ 1/1/2016 ਤੋਂ ਲੈ ਕੇ 30/6/2021 ਤੱਕ ਜਿਹੜਾ ਰਿਵਾਈਜ਼ ਪੈਨਸ਼ਨ ਦਾ ਜਿਹੜਾ ਏਰੀਅਰ ਹੈ ਉਸ ਨੂੰ ਲੈ ਕੇ ਸਰਕਾਰ ਐਕਟਿਵ ਕਨਸਿਡਰੇਸ਼ਨ ਕਰ ਰਹੀ ਹੈ ਯਾਨੀ ਕਿ ਪਹਿਲਤਾ ਦੇ ਆਧਾਰ ਤੇ ਜਿਹੜੀ ਹੈ ਇਸ ਉੱਪਰ ਵਿਚਾਰ ਕੀਤਾ ਜਾ ਰਿਹਾ ਹੈ ਯਾਨੀ ਕਿ ਇਸ ਨੂੰ ਜਿਹੜਾ ਵਿਚਾਰਿਆ ਜਾ ਰਿਹਾ ਹੈ ਕੰਪਰੀহেনਸਿਵ ਅਨਲਿਸਿਸ ਅੰਡਰਵੇ ਬਾਈ ਟੇਕਿੰਗ ਦੀ ਕਨਸੀਡਰੇਸ਼ਨ 올 ਦੀ ਫਾਈਨੈਂਸ਼ੀਅਲ ਐਂਡ ਐਡਮਿਨਿਸਟ੍ਰੇਟਿਵ ਪੈਰਾਮੀਟਰਸ ਬਾਈ ਦਾ ਸਟੇਟ ਯਾਨੀ ਕਿ ਸਟੇਟ ਦੇ ਰਾਜ ਦੇ ਫਾਈਨੈਂਸ਼ੀਅਲ ਹਾਲਾਤਾਂ ਨੂੰ ਦੇਖਦੇ ਹੋਏ ਇਸ ਉੱਪਰ ਜਿਹੜਾ ਫੈਸਲਾ ਲਿਆ ਜਾਵੇਗਾ ਯਾਨੀ ਕਿ 에리어 ਬਾਰੇ ਜਿਹੜਾ ਸਰਕਾਰ ਨੇ ਮਾਨ ਜੋ ਕੋਰਟ ਨੂੰ ਪਟੀਸ਼ਨਰਸ ਨੂੰ ਇਹ ਜਵਾਬ ਦਿੱਤਾ ਕਿ ਇਸ ਉੱਪਰ ਅਸੀਂ ਵਿਚਾਰ ਕਰ ਰਹੇ ਹਾਂ ਐਕਟਿਵ ਕਨਸਿਡਰੇਸ਼ਨ ਜਿਹੜੀ ਹੈ ਇਸ ਉੱਪਰ ਹੋ ਰਹੀ ਹੈ ਕਿਉਂਕਿ ਮਾਨ ਜੋ ਕੋਰਟ ਦੇ ਵਿੱਚ ਜਿਹੜੇ ਪਟੀਸ਼ਨਰ ਸਨ ਇਹਨਾਂ ਦੀ ਪਲੀ ਜਿਹੜੀ ਹੈ ਉਹ ਇਹੀ ਸੀ ਕਿ ਸਾਡੀ ਉਮਰ ਜਿਹੜੀ ਹੈ ਉਹ 60 ਸਾਲ ਹੋ ਚੁੱਕੀ ਹੈ 70 ਸਾਲ ਹੋ ਚੁੱਕੀ ਹੈ ਔਰ ਕੁਝ ਪਟੀਸ਼ਨਰ ਜਿਹੜੇ ਨੇ ਉਹ 80 ਸਾਲ ਉਮਰ ਵੀ ਜਿਹੜੀ ਹੈ ਪੂਰੀ ਕਰ ਚੁੱਕੇ ਨੇ ਸੋ ਉਹਨਾਂ ਦੀ ਮੰਗ ਜਿਹੜੀ ਹੈ ਮਾਨਯੋਗ ਕੋਰਟ ਨੂੰ ਇਹ ਸੀ ਕਿ ਬਹੁਤ ਸਾਰਾ ਏਰੀਆ ਜਿਹੜਾ ਹੈ ਕਲੈਕਟ ਹੋ ਚੁੱਕਿਆ ਹੈ ਏਰੀਆ ਇਕੱਠਾ ਹੋ ਚੁੱਕਿਆ ਹੈ ਸ਼ਾਇਦ ਇਹ ਨਾ ਹੋਵੇ ਕਿ ਏਸੀ ਅਦਾਗੀ ਜਦੋਂ ਸਰਕਾਰ ਵੱਲੋਂ ਕੀਤੀ ਜਾਵੇ ਇਸ ਨੂੰ ਮੰਨਣ ਦੇ ਲਈ ਉਹ ਮੌਜੂਦ ਨਾ ਹੋਣ ਸੋ ਇਸ ਉੱਪਰ ਸਰਕਾਰ ਨੇ ਆਪਣਾ ਜਵਾਬ ਜਿਹੜਾ ਪੇਸ਼ ਕੀਤਾ ਹੈ ਜੋ ਕਿ ਤੁਹਾਨੂੰ ਮੈਂ ਦੱਸਿਆ ਹੀ ਹੈ ਸੋ ਏਸੀ ਅੱਜ ਦੀ ਵੀਡੀਓ ਆਸ ਕਰਦੇ ਹਾਂ ਦੋਸਤੋ ਕਿ ਅੱਜ ਦੀ ਵੀਡੀਓ ਤੇ ਅਪਡੇਟ ਤੁਹਾਨੂੰ ਵਧੀਆ ਲੱਗੀ ਹੋਵੇਗੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਸਾਡੇ ਚੈਨਲ ਤੇ ਆ ਰਹੀਆਂ ਵੀਡੀਓ ਤੁਹਾਨੂੰ ਵਧੀਆ ਲੱਗ ਰਹੀਆਂ ਤਾਂ ਸਾਡਾ ਚੈਨਲ ਵੀ ਸਬਸ ਬਸ ਇਸੇ ਤਰ੍ਹਾਂ ਜੁੜੇ ਰਹੋ ਇਸੇ ਤਰ੍ਹਾਂ ਸਾਡਾ ਹੌਸਲਾ ਵਧਾਉਂਦੇ ਰਹੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਧੰਨਵਾਦ